वाहेगुरु जी का खालसा, वाहेगुरु जी की फतेह। मैं जिहड़ी अज मुद्दे ते बोलन लग्या, मैं भगवंत मान जी नूं बेनती करनी चाहुंदा कि मैं इस मुद्दे ते अगे भी दो तीन बार बोल चुकिया ते मैं अज फिर उस मुद्दे ते बोलन लग्या कि जिहड़े साडे मान साहब आ, मैं उन्हां नूं हत्थ बन के बेनती करनी चाहुंदा कि साडियां आसां तुहाडे ते आ ते जेकर हुण साडियां आसां ते तुसीं वी पाणी फेर दोगे तो मैं कहना चाहे 2022 चाहे 2027 ते चाहे 2070 आ जाए तो भी पंजाब नूं आपां एक नंबर ते नहीं लिया सकते। एक नंबर ते लिया दा मतलब ये है कि जिहड़े अज साडी जवानी किसानी सड़कां ते रुलदी फिरदी आ ते 2022 दे विच वी जे अहीं रलनी आ तो तुहाडे होण दा कोई फायदा नहीं होना। मैं बेनती तुहाडे अगे करदा कि आ लॉकडाउन तो पहला 2 महीने पहला तुसीं की काम कीता सी? जिहड़े कांग्रेस अकाली दल बीजेपी दे लीडर सीगे ਉਹ ਤੁਹਾਡੀ ਪਾਰਟੀ ਦੇ ਵਿੱਚ ਐਡ ਹੋਏ ਸੀਗੇ। ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਕਿ ਜਿਹੜਾ ਫੌਜੀ ਰਿਟਾਇਰਮੈਂਟ ਹੋ ਕੇ ਆਵੇ ਅਤੇ ਉਹ ਜਿਹੜਾ ਫੌਜੀ ਨੇ ਕੋਈ ਨਾ ਕੋਈ ਜ਼ਰੂਰ ਅਹੁਦਾ ਦਿੰਦੇ ਹੀ ਦਿੰਦੇ ਆ, ਚਾਹੇ ਉਹਨੂੰ ਕੋਈ ਬੈਂਕ ਦੇ ਵਿੱਚ ਲਾ ਦੇਣ, ਚਾਹੇ ਉਹਨੂੰ ਪੰਜਾਬ ਪੁਲਿਸ 'ਚ ਲਾ ਦੇਣ, ਉਹਨੂੰ ਕੋਈ ਨਾ ਕੋਈ ਜੌਬ ਜ਼ਰੂਰ ਦਿੰਦੇ ਆ। ਹੁਣ ਮੈਂ ਇਸੇ ਹੀ ਗੱਲ 'ਤੇ ਫਿਰ ਕਰਨੀ ਚਾਹੂੰਗਾ ਕਿ ਜਿਹੜੇ ਕਾਂਗਰਸ ਅਕਾਲੀ ਦਲ ਬੀਜੇਪੀ ਦੇ ਲੀਡਰ ਆ ਉਹ ਤੁਹਾਡੇ ਵਿੱਚ ਆ ਰਹੇ ਆ, ਉਹਨਾਂ ਨੇ ਕਾਂਗਰਸ ਅਕਾਲੀ ਦਲ ਬੀਜੇਪੀ 'ਚੋਂ ਪੈਸਾ ਖਾ ਖਾ ਕੇ ਕਰੋੜਾਂ ਰੁਪਈਆ ਬਣਾ ਕੇ ਅੱਜ ਤੁਹਾਡੇ ਵੱਲ ਆ ਰਹੇ ਹੈ ਅਤੇ ਕਿਉਂਕਿ ਉਹਨਾਂ ਨੂੰ ਪਤਾ 2022 ਦੇ ਵਿੱਚ ਲੋਕ ਜਿਹੜੇ ਆਮ ਆਦਮੀ ਪਾਰਟੀ ਵੱਲ ਹੋ ਰਹੇ ਆ ਅਤੇ ਅਸੀਂ ਵੀ ਚੱਲ ਆਮ ਆਦਮੀ ਪਾਰਟੀ 'ਚ ਹੋਈਏ ਅਤੇ ਅਸੀਂ ਫਿਰ ਤੋਂ ਲੀਡਰ ਬਣੀਏ, ਉਹੀ ਅਸੀਂ ਪੈਸਾ ਕਮਾਈਏ। ਪਰ ਤੁਸੀਂ ਮੈਨੂੰ ਇਹਦੇ ਵਿੱਚੋਂ ਦੱਸ ਦਿਓ, ਜੇਕਰ ਉਹੀ ਲੀਡਰ ਤੁਹਾਡੇ ਵਿੱਚ ਆਉਣਗੇ, ਮੈਂ ਇੱਕ ਪੰਜਾਬੀ 'ਚ ਗੱਲ ਕਹਿਣੀ ਚਾਹੂੰਗਾ, ਜੇ ਤਾਂ ਅਕਾਲੀ ਹੋਵੇ ਤਾਂ ਨੀਲੀ ਬੰਨ ਲਈ, ਜੇਕਰ ਕਾਂਗਰਸ ਹੋਵੇ ਚਾਹੇ ਉਹ ਨੀਲੀ ਬੰਨ ਲਈ, ਅਤੇ ਜੇ ਅੱਜ ਝਾੜੂ ਵਾਲਿਆਂ ਦੀ ਗੱਲ ਕਰੀਏ ਤਾਂ ਖੱਟੀ ਬੰਨ ਲਈ, ਫਿਰ ਜੇ ਪੱਗਾਂ ਦੇ ਰੰਗ ਚੇਂਜ ਹੋਣੇ ਆ ਤਾਂ ਬੰਦੇ ਉਹੀ ਆ, ਫਿਰ ਸਾਨੂੰ ਕੋਈ ਫਾਇਦਾ ਨਹੀਂ ਗਾ, ਚਾਹੇ ਉਹ ਸਰਕਾਰ ਡੇਲੀ ਦੀ ਬਦਲ ਜਾਵੇ। ਜੇਕਰ ਬੰਦੇ ਉਹੀ ਬੰਦੇ ਬਦਲ ਬਦਲ ਕੇ ਉਸੇ ਪਾਰਟੀ ਦੇ ਵਿੱਚ ਜਾਣਗੇ ਤਾਂ ਪੰਜਾਬ ਕਦੇ ਵੀ ਇੱਕ ਨੰਬਰ 'ਤੇ ਨਹੀਂ ਆ ਸਕਦਾ। ਹੁਣ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਜਿਹੜੇ ਉਹ ਬੰਦੇ ਆ ਰਹੇ ਆ ਤੁਹਾਡੀ ਪਾਰਟੀ ਦੇ ਵਿੱਚ ਅਤੇ 2022 ਦੇ ਵਿੱਚ ਤੁਹਾਨੂੰ ਐਂ ਵੀ ਕਹਿਣਗੇ ਕਿ ਮੇਰੇ ਹਲਕੇ ਦੇ ਵਿੱਚੋਂ MLA ਦਾ ਇਲੈਕਸ਼ਨ ਮੈਨੂੰ ਲੜਾਓ, ਮੈਂ ਕੁਝ ਬੰਦਿਆਂ ਦੇ ਨਾਂ ਨਹੀਂ ਲੈਣਾ ਚਾਹੁੰਦਾ ਕਿ ਜਿਹੜੇ ਬੰਦੇ MLA ਦੀਆਂ ਟਿਕਟਾਂ ਪਿੱਛੇ ਰੁੱਸ ਕੇ ਤੁਹਾਡੇ ਵੱਲ ਆ ਰਹੇ ਆ, ਉਹ ਗੱਲ ਇਹ ਕਹਿ ਦਿੰਦੇ ਆ ਜੀ ਫਲਾਨੀ ਪਾਰਟੀ ਤਾਂ ਬੜੀ ਮਾੜੀ ਸੀ, ਫਲਾਨੀ ਪਾਰਟੀ ਬਹੁਤ ਮਾੜੀ ਸੀ, ਪਰ ਉਹੀ ਪਾਰਟੀਆਂ ਦੇ ਵਿੱਚ ਰਹਿ ਕੇ ਇਹਨਾਂ ਨੇ ਕਰੋੜਾਂ ਰੁਪਈਆ ਕਮਾਇਆ ਅਤੇ ਉਦੋਂ ਨਹੀਂ ਇਹਨਾਂ ਨੇ ਪੰਜਾਬ ਦਾ ਸਵਾਰਿਆ ਅਤੇ ਅੱਜ ਕੀ ਪੰਜਾਬ ਦਾ ਸਵਾਰਨਗੇ। ਹੁਣ ਇਹ ਗੱਲ ਤਾਂ ਹੋ ਗਈ ਜਿਹੜੇ ਉਹ ਬੰਦੇ ਐਡ ਹੋਏ ਸੀ। ਹੁਣ ਅੱਜ ਇੱਕ ਮੈਂ ਗੱਲ ਕਰਨੀ ਚਾਹੂੰਗਾ ਨਵਜੋਤ ਸਿੰਘ ਸਿੱਧੂ 'ਤੇ, ਪਹਿਲਾਂ ਤਾਂ BJP ਦੇ ਵਿੱਚ ਰਿਹਾ, ਉਹਨਾਂ ਦੀ ਵੀ ਸਰਕਾਰ ਰਹੀ ਆ, ਇਹਨੇ ਪੰਜਾਬ ਦਾ ਇੰਨਾ ਵੀ ਕੁਛ ਨਹੀਂ ਸਵਾਰਿਆ, ਪੰਜਾਬ ਦਾ ਇਹਨੇ ਡੱਕਾ ਨਹੀਂ ਸਵਾਰਿਆ। ਫਿਰ ਆ ਗਏ ਕਾਂਗਰਸ ਦੇ ਵਿੱਚ, ਜਿਹੜੀ ਸਰਕਾਰ ਕਾਂਗਰਸ ਦੀ ਸੀਗੀ, 3 ਸਾਲ ਹੋ ਗਏ ਅੱਜ ਕਾਂਗਰਸ ਸਰਕਾਰ ਚੱਲਦੀ ਨੂੰ, ਜੇਕਰ ਨਵਜੋਤ ਸਿੰਘ ਸਿੱਧੂ ਨੇ ਇੰਨਾ ਵੀ ਕੰਮ ਕੀਤਾ ਤਾਂ ਮੈਨੂੰ ਦੱਸ ਦਿਓ ਇਹਨੇ ਕੰਮ ਬਾਸਾ ਇੱਕ ਵਧੀਆ ਕੰਮ ਕੀਤਾ ਜਿਹੜਾ ਆਪਣਾ ਜਿਹੜਾ ਕਰਤਾਰਪੁਰ ਸਾਹਿਬ ਜੀ ਦਾ ਉਹ ਲਾਂਘਾ ਖਲਾਇਆ ਸੀਗਾ। ਪਰ ਉਂਝ ਜੇ ਕੋਈ ਪੰਜਾਬ ਦੇ ਜਵਾਨਾਂ ਵਾਸਤੇ ਕੁਝ ਕੀਤਾ ਹੋਵੇ, ਸੰਗਰੂਰ ਦੇ ਵਿੱਚ ਜਿਹੜੇ ਧਰਨੇ ਲਾ ਕੇ ਬੈਠੇ ਸੀ, ਕਦੇ ਨਵਜੋਤ ਸਿੰਘ ਸਿੱਧੂ ਉਹਨਾਂ 'ਤੇ ਬੋਲਿਆ? ਕਦੇ ਨਹੀਂ ਬੋਲਿਆ। ਜਿਹੜੇ ਪਾਣੀ ਦੇ ਵਿੱਚ ਡੁੱਬ ਗਏ ਸੀ ਆ ਭਾਖੜਾ ਡੈਮ ਦੇ ਵੇਲੇ, ਉਹਨਾਂ ਵਾਸਤੇ ਨਵਜੋਤ ਸਿੰਘ ਸਿੱਧੂ ਕੁਛ ਬੋਲਿਆ? ਕਦੇ ਨਹੀਂ ਬੋਲਿਆ। ਜੇ ਮੈਂ ਗੱਲ ਕਰਾਂ ਫਰੀਦਕੋਟ ਦੇ ਵਿੱਚ ਕਾਂਡ ਹੋਇਆ ਸੀ, ਉੱਥੇ ਨਵਜੀਤ ਆਪਣਾ ਨਵਜੋਤ ਸਿੰਘ ਸਿੱਧੂ ਬੋਲਿਆ ਜਦੋਂ ਫਰੀਦਕੋਟ ਜਸਪਾਲ ਨਾਲ ਕਾਂਡ ਹੋਇਆ ਸੀ? ਨਹੀਂ ਬੋਲਿਆ। ਮੈਂ ਕਿਹੜੇ ਕਿਹੜੇ ਮੁੱਦੇ ਗਿਣਾਵਾਂ ਜਿਨ੍ਹਾਂ 'ਤੇ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਵੀ ਨਹੀਂ ਨਿਕਲੀ? ਅਤੇ ਹੁਣ ਗੱਲ ਕਰ ਰਹੇ ਆ ਮੀਡੀਆ ਵਾਲੇ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਬਹੁਤ ਹੀ ਜਲਦ ਆਮ ਆਦਮੀ ਪਾਰਟੀ 'ਚ ਆ ਰਹੇ ਆ, ਕਹਿਣ ਤੋਂ ਭਾਵ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ, ਨਵਜੋਤ ਸਿੰਘ ਸਿੱਧੂ ਦਾ ਕੋਈ ਸਟੈਂਡ ਨਹੀਂ। ਚਾਹੇ ਮੈਨੂੰ ਤੁਸੀਂ ਇੰਨਾ ਇੰਨਾ ਕਰਕੇ ਜਿਵੇਂ ਕੁੱਕੜ ਨੂੰ ਵੜਦੇ ਨਾ ਦੁਕਾਨਾਂ ਵਾਲੇ, ਮੈਨੂੰ ਉਵੇਂ ਵੜ ਦਿਓ, ਪਰ ਮੈਂ ਸੱਚ ਕਹਿਣ ਤੋਂ ਨਹੀਂ ਡਰਨਾ, ਕਿਉਂਕਿ ਹੁਣ ਸਾਡੇ ਪੰਜਾਬ ਦੀ ਮੈਂ ਸੋਚਦਾ ਸੀ 2022 ਦੇ ਵਿੱਚ ਆਮ ਆਦਮੀ ਆਊਗੀ ਅਤੇ ਸਾਡਾ ਕੋਈ ਸੁਧਾਰ ਹੋਊਗਾ, ਪਰ ਨਹੀਂ। ਮੈਂ ਇੱਥੇ ਮਾਨ ਸਾਹਿਬ ਨੂੰ ਕਹਿਣਾ ਚਾਹੂੰਗਾ, ਜੇਕਰ ਅਹੁਦੇ ਦੇਣੇ ਹੈ ਕਿਸੇ ਵੀ ਲੀਡਰਸ਼ਿਪ ਦੇ ਅਹੁਦੇ ਦੇਣੇ ਹੈ ਤਾਂ ਅਹੁਦੇ ਉਹਨਾਂ ਨੂੰ ਦਿਓ ਜਿਹੜੇ BA ਕਰਕੇ ਅੱਜ ਵਿਚਾਰੇ ਖੇਤਾਂ ਦੇ ਵਿੱਚ ਕੰਮ ਕਰੀ ਜਾਂਦੇ ਆ, ਜਿਹੜੇ ਪੰਜਾਬ ਵਾਸਤੇ ਦਰਦ ਰੱਖਦੇ ਅਹੁਦੇ ਉਹਨਾਂ ਨੂੰ ਦਿਓ ਜਿਹੜੇ BA ਕਰ ਖੇਤਾਂ 'ਚ ਕੰਮ ਕਰੀ ਜਾਂਦੇ ਆ। ਜੇਕਰ ਅਹੁਦੇ ਦੇਣੇ ਆ ਤਾਂ ਜਿਹੜੇ ਸੰਗਰੂਰ ਦੇ ਵਿੱਚ 3-4 ਮਹੀਨੇ 6 ਮਹੀਨੇ ਲਗਾਤਾਰ ਉਹਨਾਂ ਨੇ ਧਰਨੇ ਲਾਏ ਆ, ਟੈਟ ਪਾਟ ਪਾਸ ਕੀਤੇ ਵਾਲਿਆਂ ਨੇ, ਤਾਂ ਤੁਸੀਂ ਅਹੁਦੇ ਉਹਨਾਂ ਨੂੰ ਦਿਓ। ਅਤੇ ਜੇਕਰ ਅਹੁਦੇ ਤੁਸੀਂ ਦੇਣੇ ਆ ਜਿਹੜਾ ਪਾਰਟੀ ਦੇ ਵਿੱਚੋਂ ਪਹਿਲਾਂ ਹੀ ਆ ਗਿਆ, ਆਪਾਂ ਕਾਂਗਰਸ ਨੂੰ ਅਹੁਦਾ ਦੇਤਾ ਜਾਂ ਅਸੀਂ ਅਕਾਲੀਆਂ ਦੇ ਬੰਦੇ ਨੂੰ ਅਹੁਦਾ ਦੇਤਾ ਜਾਂ ਅਸੀਂ BJP ਦੇ ਬੰਦਿਆਂ ਨੂੰ ਅਹੁਦਾ ਦੇਤਾ, ਫਿਰ ਮੈਂ ਇਹ ਗੱਲ ਕਹਿਣੀ ਚਾਹੂੰਗਾ
कि साडे जिहड़े पंजाब दे हालात आ वो एक नंबर ते कदे नहीं आ सकते, ना जवानी दे आउणगे ना किसानी दे आउणगे। तो मैं मान साहब अगे बेनती करदा हाथ जोड़ के कि जिहड़े साडे मान साहब आ मैं उन्हां नूं इह कहना चाहूँगा जिहड़े आउंदे आ तुसीं उन्हां किसानां नूं दिओ जिहड़े विचारे सड़कां ते रुलदे मर जांदे आ। कदे नवजोत सिंह सिद्धू उत्थे गया जिथे कोई किसान फाया लैके मरदा होवे, कदे नहीं कहा मेरे मूँह चो सच ना कढ़ाओ। मैं मान साहब नूं इत्थे गल कहनी चाहूँगा कि 2022 दे विच असीं तुहाडे वास्ते बैठे हैं, स्वागत करांगे पार्टी दा, पर जेकर बई उही लीडर उही आ रहे हैं तो पग्गां दे रंग ही चेंज होने आ, फिर माना साडे हत्थ खड़े आ। मैं तुहानूं कहना चाहुंदा कि जेकर पार्टी की हवा बनाउणी आ कि उह कांग्रेस इधर आ जूगी तो पार्टी की हवा बन जूगी, ये हवा नहीं बननेगी। क्योंकि जेकर आपां झाड़ू नाल सफाया करना चंगी पार्टी नाल ते आपां जिहड़ियां गंदियां तीलां कढ के आपदियां बोकर च पावांगे कि अपना झाड़ू साफ होगा। अपने झाड़ू जदों कहिंदे ना, अज नवजोत सिंह सिद्धू की गल करां, 3 साल हो गए बंदा बोलिया नहीं, मैं डीकता रहा कदों बोले कदों बोले। बिजली मंत्री का उदा ये कर रहा, इन्हें सांभिया नहीं, बहुत कुछ कर सकता सी। जिहड़े विचारियां नूं नजायज़ बिजली के बिल आए आ उन्हां दे बिल माफ़ करा सकता सी, उन्हां दे घट करा सकता सी, पर नहीं कराया। हुण दूजा नंबर ये आ जो हुण 1.5-2 साल रह गए वोटां पैण च, जदों पता लग गया मच्छी नूं कि तौड़े का पानी हुण थोड़ा रह गया, खत्म होने वाला तौड़े का पानी, तो अज जिहड़ी मच्छी वो टुबकियां लाउण लग गई आ, कदे हिलण लग गई कदे जुलण लग गई आ। तो मैं यही बेनती करनी चाहूँगा कि मेरी भगवंत मान जी अगे यही बेनती आ, साडे केजरीवाल साहब अगे यही बेनती आ कि तुहाडे वल जो भी ऐड हो रहा उन्होंने करो। जे हुण तुसीं कहो बई फलाने नूं सीएम बना दीए ढौंके नूं बना दीए, साडे हत्थ खड़े आ। 2022 दे विच असीं आम आदमी पार्टी वेखना चाहुंदे आ, पर वेखने असीं नवें बंदे चाहुंदे आ कि जिहड़ा नवां रूप होवे उन्हां दा पंजाब वास्ते दर्द रखदे होण। ओह असीं जिहड़े कांग्रेस अकाली दल बीजेपी दे जां जिहड़े अहुदेदार अहुदे छड्ड के आउणगे, असी उन्हां बंदियां नूं जिहड़ा असीं नहीं समझदे। वाहिगुरू जी का खालसा वाहिगुरू जी की फतेह। मैं इत्थे गल कहनी चाहूँगा कि जेकर मैं झूठ कह रहा तो मैनू कोई भी सज़ा दो, पर जेकर हुण दल बदलू बंदे आ के इधर गल्लां करनगे फिर अपने पंजाब दा हालात कदे भी एक नंबर ते नहीं आ सकते। बाकी जिन्हां नूं अहुदे देने उन्हां नूं दिओ, तुहानूं दस चुके हां। वाहिगुरू जी का खालसा वाहिगुरू जी की फतेह।